प्यार भरी सत श्री अकाल जस्ट ट्यूटर चैनल पे तुहाडा सारेयां दा स्वागत है। अज दी इस वीडियो विच अहीं डिस्कस करांगे मेरिटोरियस एग्जाम दे नाल रिलेटेड 9th क्लास वालेयां दी आंसर कीज। बहुत ही जल्द असीं इसे चैनल दे उत्ते तुहाडे सिलेबस नाल रिलेटेड हर एक सब्जेक्ट दी वीडियो अपलोड करांगे। सो जिन्हां स्टूडेंट भी मेरा चैनल अजे तक सबसक्राइब नहीं कीता जल्दी सबसक्राइब कर लो एंड इस वीडियो नूं लाइक एंड शेयर जरूर कर दो तां जो दूजे स्टूडेंट भी अपनी आंसर की चेक कर सकन। फर्स्ट क्वेश्चन है जी अपने कोल आई विल वॉच यू व्हाइल यू स्लीप। ਇਹਦੇ ਵਿੱਚ ਅੰਡਰਲਾਈਨ ਕੀਤਾ ਵਰਡ ਜਿਹੜਾ ਵਾਈਲ ਹੈ ਉਸਨੂੰ ਅਸੀਂ ਦੇਖਣਾ ਹੈ ਕਿ ਕਿਸ ਫਾਰਮ ਦੇ ਵਿੱਚ ਇਹ ਕੰਮ ਕਰ ਰਿਹਾ ਆਪਣੇ ਕੋਲ। ਸੋ ਦੈਟ ਇਜ਼ ਅ ਕੰਜੰਕਸ਼ਨ ਕਿਉਂਕਿ ਇਹ ਦੋ ਜਿਹੜੇ ਸੈਂਟੈਂਸ ਨੇ ਇਹਨਾਂ ਨੂੰ ਆਪਸ ਦੇ ਵਿੱਚ ਜੋੜ ਰਿਹਾ ਹੈ। ਨੈਕਸਟ ਫਾਇਲ ਇਜ਼ ਅ ਬਿਊਟੀਫੁਲ ਗਰਲ। ਸੋ ਬਿਊਟੀਫੁਲ ਕੀ ਹੈ ਆਪਣੇ ਕੋਲ ਐਡਜੈਕਟਿਵ ਹੈ ਕਿਉਂਕਿ ਇਹ ਉਹਦੀ ਵਿਸ਼ੇਸ਼ਤਾ ਦੱਸ ਰਿਹਾ ਉਸ ਗਰਲ ਦੀ ਕਿ ਉਹ ਬਿਊਟੀਫੁਲ ਹੈ। ਨੈਕਸਟ ਚੰਡੀਗੜ੍ਹ ਇਜ਼ ਅ ਬਿਗ ਸਿਟੀ। ਚੰਡੀਗੜ੍ਹ ਕੀ ਹੈ ਆਪਣੇ ਕੋਲ ਇੱਕ ਨਾਊਨ ਹੈ। ਨੈਕਸਟ ਆਪਣੇ ਕੋਲ ਚੂਜ਼ ਦਾ ਕਰੈਕਟਲੀ ਸਪੈਲਟ ਵਰਡ। ਅਸੀਂ ਕਰੈਕਟਲੀ ਜਿਹੜੇ ਵਰਡ ਦੇ ਸਪੈਲਿੰਗ ਚੈੱਕ ਕਰਨੇ ਨੇ ਕਿ ਕਿਹੜਾ ਵਰਡ ਹੈ। ਸੋ ਇਹਦੇ ਵਿੱਚ ਜਿਹੜਾ ਸਹੀ ਜਿਹੜਾ ਵਰਡ ਹੈ ਡੈਟ ਇਜ਼ ਅ ਡਿਸਾਸਟਰਸ। ਸੋ ਇਹੀ ਉਹਦੇ ਜਿਹੜੇ ਸਪੈਲਿੰਗ ਨੇ ਡਿਸਾਸਟਰ ਦੇ ਸਹੀ ਹੋਣਗੇ। ਨੈਕਸਟ ਹੈਗਾ ਸਾਡੇ ਕੋਲ ਅਲਫਾਬੈਟ। ਆਪਸ਼ਨ ਨੰਬਰ ਏ ਯਾਨੀ 1 ਇਜ਼ ਅ ਰਾਈਟ ਆਨਸਰ। ਅਲਫਾਬੈਟ ਦੇ ਜਿਹੜੇ ਸਪੈਲਿੰਗ ਇਸੇ ਤਰੀਕੇ ਨਾਲ ਪੈਂਦੇ ਨੇ। ਨੈਕਸਟ ਅਸੀਂ ਦੇਖਣਾ ਇੱਥੇ ਇਨਵਾਇਰਮੈਂਟ। ਇਨਵਾਇਰਮੈਂਟ ਦੇ ਸਪੈਲਿੰਗ ਆਪਸ਼ਨ ਨੰਬਰ 4 ਇਜ਼ ਅ ਰਾਈਟ ਆਨਸਰ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ ਚੂਜ਼ ਦਾ ਕਰੈਕਟ ਐਂਟੋਨੀਅਮ ਫੋਰ ਦਾ ਅੰਡਰਲਾਈਨ ਵਰਡ। ਐਂਟੋਨੀਅਮ ਦੇਖਣਾ ਸੀ ਐਂਟੋਨੀਅਮ ਕੀ ਹੁੰਦਾ ਹੈ ਵਿਰੋਧੀ ਵਰਡ। ਸੋ ਡਿਟਰਮੀਨੈਂਟਲ ਦਾ ਮੀਨਿੰਗ ਕੀ ਹੈ ਆਪਣੇ ਕੋਲ ਨੁਕਸਾਨ। ਸੋ ਇਹਦਾ ਆਪੋਜ਼ਿਟ ਕੀ ਹੋ ਗਿਆ ਯਾਨੀ ਐਂਟੋਨੀਅਮ ਕੀ ਹੋ ਗਿਆ ਆਪਣੇ ਕੋਲ ਫਾਇਦਾ। ਹੁਣ ਫਾਇਦੇ ਦੀ ਇੰਗਲਿਸ਼ ਕੀ ਹੋਈ ਆਪਣੇ ਕੋਲ ਐਡਵਾਂਟੇਜ। ਆਪਸ਼ਨ ਨੰਬਰ 4 ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਸਾਡੇ ਕੋਲ ਸੀਤਾ ਇਜ਼ ਵੈਰੀ ਫਲੈਕਸੀਬਲ। ਫਲੈਕਸੀਬਲ ਕੀ ਹੈ ਮੀਨਸ ਨਰਮ ਹੁੰਦਾ ਆਪਾਂ ਨਰਮ ਵੀ ਕਹਿ ਸਕਦੇ ਹਾਂ ਜਿਸ ਨੂੰ ਆਪਾਂ ਆਸਾਨੀ ਨਾਲ ਮੋੜਿਆ ਤੋੜਿਆ ਜਾ ਸਕਦਾ। ਸੋ ਇਹਦਾ ਜਿਹੜਾ ਆਪੋਜ਼ਿਟ ਵਰਡ ਕੀ ਹੋ ਜਾਊਗਾ ਆਪਣੇ ਕੋਲ ਸਖਤ। ਸੋ ਆਨਸਰ ਰਾਈਟ ਇਜ਼ ਆਪਸ਼ਨ ਨੰਬਰ 4 ਰਿਜਿਡ। ਰਿਜਿਡ ਦਾ ਮੀਨ ਕੀ ਆਪਣੇ ਕੋਲ ਸਖਤ। ਨੈਕਸਟ ਰਾਮਾ ਇਜ਼ ਐਨ ਇੰਟੈਲੀਜੈਂਟ ਸਟੂਡੈਂਟ। ਇੰਟੈਲੀਜੈਂਟ ਮੀਨ ਹੁਸ਼ਿਆਰ। ਇਹਦਾ ਆਪੋਜ਼ਿਟ ਕੀ ਹੋ ਜਾਊਗਾ ਆਪਣੇ ਕੋਲ ਨਲੈਕ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਡਲ। ਆਪਸ਼ਨ ਨੰਬਰ 1 ਇਜ਼ ਦਾ ਰਾਈਟ ਆਨਸਰ। ਨੈਕਸਟ ਆਪਣੇ ਕੋਲ ਚੂਜ਼ ਦਾ ਕਰੈਕਟ ਸਿਨੋਨੀਅਮ ਫੋਰ ਦਾ ਅੰਡਰਲਾਈਨ ਵਰਡ। ਸਿਨੋਨੀਅਮ ਮੀਨਸ ਵੀ ਉਹਦੇ ਨਾਲ ਦਾ ਮਿਲਦਾ ਜੁਲਦਾ ਵਰਡ ਉਹ ਅਸੀਂ ਦੇਖਣਾ ਹੈ। ਇਹਦੇ ਵਿੱਚ ਹੈਗਾ ਪੋਡਕਾਸਟ। ਪੋਡਕਾਸਟ ਦਾ ਮਤਲਬ ਕੀ ਆ ਵਲੋਗ। ਆਪਸ਼ਨ ਨੰਬਰ 4 ਇਜ਼ ਦਾ ਰਾਈਟ ਆਨਸਰ। ਨੈਕਸਟ ਆਈ ਕੈਨ ਸਕੋਲਡ ਐਨੀਵਨ ਐਕਸੈਪਟ। ਐਕਸੈਪਟ ਦਾ ਮਤਲਬ ਕੀ ਆ ਕਿ ਇਸ ਤੋਂ ਇਲਾਵਾ। ਸੋ ਇਹਦੇ ਵਿੱਚ ਇਸ ਤੋਂ ਇਲਾਵਾ ਦਾ ਮਤਲਬ ਕੀ ਆ ਐਕਸਕਲੂਡਿੰਗ। ਆਪਸ਼ਨ ਨੰਬਰ 1 ਇਜ਼ ਦਾ ਰਾਈਟ ਆਨਸਰ। ਨੈਕਸਟ ਆਪਣੇ ਕੋਲ ਪ੍ਰਾਈਸਿਸ ਆਫ ਪੈਟਰੋਲ ਆਰ ਇਨਕਰੀਜ਼ਿੰਗ ਰੈਪਿਡਲੀ। ਰੈਪਿਡਲੀ ਮੀਨਸ ਬਹੁਤ ਹੀ ਤੇਜ਼ੀ ਨਾਲ। ਹੁਣ ਤੇਜ਼ੀ ਦਾ ਜਿਹੜੀ ਹੋਰ ਆਪਾਂ ਇੰਗਲਿਸ਼ ਕੀ ਕਹਿ ਸਕਦੇ ਹਾਂ ਕੁਇਕਲੀ। ਆਪਸ਼ਨ ਨੰਬਰ 3 ਇਜ਼ ਦਾ ਰਾਈਟ ਆਨਸਰ। ਨੈਕਸਟ ਆਪਣੇ ਕੋਲ ਚੂਜ਼ ਦਾ ਕਰੈਕਟ ਆਪਸ਼ਨ ਟੂ ਫਿਲ ਇਨ ਦਾ ਬਲੈਂਕ ਵਿਦ ਦਾ ਸੂਟੇਬਲ ਡਿਟਰਮੀਨਰ। ਡਿਟਰਮੀਨਰ ਅਸੀਂ ਫਿਲ ਕਰਨੇ ਇਹਦੇ ਵਿੱਚ ਆਈ ਵਾਂਟ ਟੂ ਬਾਏ ਡੈਸ਼ ਨੈਕਲੈਸ ਫੋਰ ਮਾਈ ਸਿਸਟਰ। ਆਈ ਵਾਂਟ ਟੂ ਬਾਏ ਦਿਸ ਨੈਕਲੈਸ। ਸੋ ਇੱਥੇ ਆਨਸਰ ਆਊਗਾ ਆਪਣੇ ਕੋਲ ਦਿਸ ਨੈਕਲੈਸ ਫੋਰ ਮਾਈ ਸਿਸਟਰ। ਨੈਕਸਟ ਆਪਣੇ ਕੋਲ ਪੈਰਾਗ੍ਰਾਫ ਦਿੱਤਾ ਸੀਗਾ ਅਸੀਂ ਉਹਦੇ ਵਿੱਚੋਂ ਕੁਐਸਚਨ ਜਿਹੜੇ ਆਨਸਰ ਆਪਾਂ ਚੂਜ਼ ਕਰਕੇ ਲਾਉਣੇ ਸੀ। ਫਸਟ ਕੁਐਸਚਨ ਆਪਣੇ ਕੋਲ ਵਾਟ ਡੂ ਡੈਫੋਡਿਲ ਸਿੰਬੋਲਾਈਜ਼। ਸੋ ਆਪਸ਼ਨ ਨੰਬਰ 1 ਇਜ਼ ਦਾ ਰਾਈਟ ਆਨਸਰ ਰੀਬਰਥ ਨਿਊ ਬਿਗਨਿੰਗਸ ਐਂਡ ਫਰੈਂਡਸ਼ਿਪ। ਨੈਕਸਟ ਵੇਅਰ ਆਰ ਡੈਫੋਡਿਲਸ ਕਲਟੀਵੇਟਡ। ਸੋ ਰਾਈਟ ਆਨਸਰ ਇਜ਼ ਆਲ ਓਵਰ ਦਾ ਵਰਲਡ। ਦੋਨੋਂ ਦੀ ਜਿਹੜੀ ਲਾਈਨਸ ਹੈ ਕੁਐਸਚਨ ਦੀ ਮੈਂ ਤੁਹਾਨੂੰ ਇੱਥੇ ਦਿਖਾ ਦਿੰਦਾ ਕਿੱਥੇ ਲਿਖੀਆਂ। ਪਹਿਲੀ ਲਾਈਨ ਇੱਥੇ ਲਿਖੀ ਹੈ ਦੇਖੋ ਸਿੰਬੋਲਾਈਜ਼ ਰੀਬਰਥ ਨਿਊ ਬਿਗਨਿੰਗ ਐਂਡ ਫਰੈਂਡਸ਼ਿਪ। ਐਂਡ ਸੈਕਿੰਡ ਦਾ ਆਨਸਰ ਸਾਡੇ ਕੋਲ ਪਿਆ ਸੀਗਾ ਇੱਥੇ ਕਲਟੀਵੇਟਡ ਆਲ ਓਵਰ ਦਾ ਵਰਲਡ। ਨੈਕਸਟ ਆ ਸਾਡੇ ਕੋਲ ਹੂਮ ਆਰ ਡੈਫੋਡਿਲ ਐਸੋਸੀਏਟਡ ਵਿਦ। ਇਹ ਵੀ ਆਪਾਂ ਇੱਕ ਵਾਰੀ ਪੈਰਾਗ੍ਰਾਫ 'ਚੋਂ ਦੇਖ ਲੈਂਦੇ ਇਸਦਾ ਆਨਸਰ। ਇਟਸ ਐਸੋਸੀਏਸ਼ਨ ਵਿਦ ਦਾ ਇਗੋਟਿਸਟੀਕਲ ਗ੍ਰੀਕ ਗੋਡ ਨਾਰਸਿਸਸ। ਸੋ ਰਾਈਟ ਆਨਸਰ ਇਜ਼ ਆਪਸ਼ਨ ਨੰਬਰ 3। ਨੈਕਸਟ ਆ ਆਪਣੇ ਕੋਲ ਵਿਚ ਡਿਸੀਜ਼ਿਜ਼ ਆਰ ਬੀਇੰਗ ਕਿਉਰਡ ਬਾਈ ਡੈਫੋਡਿਲ ਐਕਸਟ੍ਰੈਕਟ। ਲਾਸਟ ਵਿੱਚ ਇਹਦਾ ਆਨਸਰ ਲਿਖਿਆ ਦੇਖੋ ਫਾਰਮਾ ਕੰਪਨੀਜ਼ ਯੂਜ਼ ਡੈਫੋਡਿਲ ਐਕਸਟ੍ਰੈਕਟ ਟੂ ਮੇਕ ਡਰੱਗਸ ਡੈਟ ਆਰ ਯੂਜ਼ ਟੂ ਟ੍ਰੀਟ। ਕਿਸੇ ਬਿਮਾਰੀ ਦੇ ਲਈ ਉਹਨਾਂ ਦੀ ਕੰਪਨੀ ਜਿਹੜੀ ਹੈਗੀ ਆ ਉਹ ਬਣਾ ਰਹੀ ਹੈ ਐਲਜ਼ਾਈਮਰਸ ਐਂਡ ਪੋਲੀਓ। ਸੋ ਰਾਈਟ ਆਨਸਰ ਇਜ਼ ਆਪਸ਼ਨ ਨੰਬਰ 1। ਨੈਕਸਟ ਫਰੈਂਡਸ਼ਿਪ ਡੈਸ਼ ਰਾਈਟ ਦਾ ਐਂਟੋਨੀਅਮ ਯਾਨੀ ਫਰੈਂਡਸ਼ਿਪ ਦਾ ਅਸੀਂ ਵਿਰੋਧੀ ਸ਼ਬਦ ਲਿਖਣਾ ਹੈ। ਸੋ ਰਾਈਟ ਆਨਸਰ ਇਜ਼ ਆਪਸ਼ਨ ਨੰਬਰ 1 ਅਨਫਰੈਂਡਲੀ। ਨੈਕਸਟ ਆਪਣੇ ਕੋਲ ਗਿਫਟ ਦਾ ਆਪਾਂ ਸਿਨੋਨੀਅਮ ਲਿਖਣਾ ਹੈ। ਗਿਫਟ ਮਤਲਬ ਕੀ ਆ ਵੀ ਕਿਸੇ ਨੂੰ ਕੁਝ ਪ੍ਰੈਜ਼ੈਂਟ ਦੇਣਾ। ਸੋ ਦੈਟ ਇਜ਼ ਆਪਸ਼ਨ ਨੰਬਰ 4 ਇਜ਼ ਦਾ ਰਾਈਟ ਆਨਸਰ ਪ੍ਰੈਜ਼ੈਂਟ। ਡੈਸ਼ ਇਜ਼ ਯੂਰ ਮਦਰ ਪ੍ਰੋਫੈਸ਼ਨ ਕਿ ਤੁਹਾਡੀ ਮਦਰ ਦਾ ਪ੍ਰੋਫੈਸ਼ਨ ਕੀ ਹੈ। ਸੋ ਅਸੀਂ ਕੀ ਲਗਾਉਂਦੇ ਹਾਂ ਇੱਥੇ ਆਪਸ਼ਨ ਨੰਬਰ 3 ਵਟ। ਵਟ ਇਜ਼ ਯੂਰ ਮਦਰ ਪ੍ਰੋਫੈਸ਼ਨ। ਨੈਕਸਟ ਹੈਵ ਯੂ ਐਵਰ ਸੀਨ ਡੈਸ਼ ਐਲੀਫੈਂਟ। ਐਲੀਫੈਂਟ ਦੇ ਸਟਾਰਟਿੰਗ ਚ ਕੀ ਲੱਗਿਆ ਆਪਣੇ ਕੋਲ ਈ। ਸੋ ਦੈਟ ਇਜ਼ ਅ ਵਾਵਲ। ਸੋ ਵਾਵਲ ਨਾਲ ਕੀ ਲੱਗਦਾ ਆਪਣੇ ਕੋਲ ਐਨ। ਸੋ ਐਨ ਐਲੀਫੈਂਟ। ਨੈਕਸਟ ਦੇ ਹੈਵ ਸੇਵਡ ਦਾ ਟਰੀਜ਼। ਇਸ ਨੂੰ ਅਸੀਂ ਚੇਂਜ ਕਰਨਾ ਹੈ ਸੀ ਪੈਸਿਵ ਵੌਇਸ ਦੇ ਵਿੱਚ। ਸੋ ਇਹਦਾ ਆਨਸਰ ਆਊਗਾ ਆਪਣੇ ਕੋਲ ਆਪਸ਼ਨ ਨੰਬਰ 4 ਦਾ ਟਰੀਜ਼ ਹੈਵ ਬੀਨ ਸੇਵਡ ਬਾਏ ਦੈਮ। ਨੈਕਸਟ ਹੀ ਫਿਨਿਸ਼ਡ ਹਿਸ ਬ੍ਰੇਕਫਾਸਟ ਕੁਇਕਲੀ। ਸੋ ਰਾਈਟ ਆਨਸਰ ਇਜ਼ ਆਪਸ਼ਨ ਨੰਬਰ 1 ਹਿਸ ਬ੍ਰੇਕਫਾਸਟ ਵਾਜ਼ ਫਿਨਿਸ਼ਡ ਬਾਏ ਹਿਮ ਕੁਇਕਲੀ। ਨੈਕਸਟ ਐਵਰੀਵਨ ਸਕੋਰਸ ਡੈਮ। ਸੋ ਰਾਈਟ ਆਨਸਰ ਇਜ਼
ऑप्शन नंबर 4 दे आर स्कोल्डेड बाय एवरीवन। नेक्स्ट अपने को चूज द करेक्ट ऑप्शन टू फिल इन द ब्लैंक विद सुटेबल प्रेपोजिशन। प्रेपोजिशन अपना यूज करनी है आई कट द केक असि कि कटते हैं विद द नाइफ विद अ नाइफ। राइट आंसर इज ऑप्शन नंबर सेकेंड। नेक्स्ट वी विल कम डैश मंडे डेज तो पहला असं आलवेज की लगाने ओन। सो राइट आंसर ऑप्शन नंबर 4। नेक्स्ट यू आर प्रिपेयर डैश द बेस्ट। सो राइट आंसर इज ऑप्शन नंबर 3-4। नेक्स्ट अपने को सुटेबल डिग्री लगानी है एडजेक्टिव दी बॉम्बे इज डैश दैन दिल्ली। दैन तो पहला हमेशा की लगता है ई आर वाला। सो ऑप्शन नंबर 1 इज द राइट आंसर बिगर। नेक्स्ट नाइल इज द डैश रिवर इन द वर्ल्ड। सो राइट आंसर इज ऑप्शन नंबर 3 लॉन्गेस्ट। नेक्स्ट अ डीर इज डैश दैन अ डॉग। राइट आंसर इज ऑप्शन नंबर 1 मोर अट्रैक्टिव। नेक्स्ट पार्ट अपने को मैथ का फर्स्ट क्वेश्चन है इफ अ डाई इज थ्रोन इन द एयर दैन वट विल बी द प्रोबिलिटी ऑफ गैटिंग ईवन नंबर इज। जो एक पासे हवा में सुटिया जाता है तो उसके जिस संख्या के आने की संभावना की है। डाई के पता ही है 1 तो लैके 6 तक जो डिजिट होंगे ने। सो ईवन नंबर कि अपने को 2, 4 and 6 यानी टोटल हो गए 3। सो टोटल जोड़े ने 6 नीचे लगावे कटिंग कर देंगे यदि आंसर आजगा अपने को 1/2। सो राइट आंसर इज ऑप्शन नंबर 1। नैक्सट अपने को 3 का स्केयर मल्टीप्लाई 4 का स्केयर इज इक्वल टू 3 का स्केयर होंगे 9 एंड 4 का स्केयर होंगे अपने को 16। सो मल्टीप्लाई करके अपने को आंसर आजगा 144 ऑप्शन नंबर 3। नैक्सट वाई What number should 81 be divided to get a perfect cube? किस संख्या नाल 81 नूं भाग करन ते पूर्ण घन बन जाएगा? So right answer is option number 1-3. Next, the expanded form of 1809 is equal to option number 1. Next है जी अपने को which of the following numbers are not divisible by 5? केड़ा नंबर आ जेड़ा 5 से divisible नहीं हुंदा? 20 भी हो जांदा है, 125 भी हो जांदा है, 200 भी हो जांदा है। सो ऑप्शन नंबर सी इज द राइट आंसर। नेक्स्ट इफ पॉइंट -3, -2, -3, -3, -3, -4 ज्वाइंट दैन ऑब्टेन्ड फिगर। इन्हों बिंदुओं को जोड़ते हैं जदों तो कि चित्र प्राप्त होंगे? इस क्वेश्चन के काफ़ी कन्फ्यूजन जी हुई होगी, मैं तुम्हें अगर थोड़ा जहाँ ये समझा दिना। यह अपने को जोड़ा अपने को ग्राफ बनया हों एक्स की अपने को लाइन होंगी है, ये अपने को वाई की होंगी है। पहले असं इतने पॉइंट लगा लें -3 and 2। -3 जो कि पॉइंट एक्स का, 2 है वाई का। सो -3 and 2 जो वाई का अपने को पॉइंट बनता इतने आके। नैक्सट अपने को -3, -3। सो -3 and -3 ये नीचे आऊगा, इसकी आप इतने पॉइंट लगावे इस जगह पर। नैक्सट है अपने को -3 and 4। -3 के उपर ही पॉइंट एंड उपर है 4 से। 4 से आप सामने जाके पॉइंट लगा देना इस जगह पर। सो जो आप इन्हों जोड़ा इन्हों पॉइंट्स तो अपने को हो रहा है, देखो एक स्ट्रेट लाइन जी है वह वाई एक्सिस के पैरेलल होंगी जा रही है। सो राइट आंसर होगा साढ़े को एक स्ट्रेट लाइन विच इज नॉट पासिंग थ्रू ओरिजन, सीधी रेखा जो मूल बिंदु विचों नहीं लंघती। नैक्सट विच पॉइंट्स लाइज ओनली ऑन वाई एक्सिस, किहड़ा पॉइंट जिहड़ा ओनली ऑन वाई एक्सिस ते आउंदा है? देखो एक्स की वैल्यू है, ये अपने को वाई की वैल्यू है। जे आप इतने ग्राफ दे विच देखते हैं तो 0 नीचे आ गया अपने को -2, ये अपने को नीचे वाली वाई की लाइन आ। सो ये की होया अपने को वाई एक्सिस से। ऑप्शन नंबर 3 इज द राइट आंसर। नैक्सट अपने को फैक्टर ऑफ एक्स वाई जैड इक्वल टू एक्स वाई जैड के अपने को फैक्टर की होंगे? देखो एक्स नूं आपां पहले डिवाइड करांगे एक्स नाल, फिर वाई जैड एज इट इज, फिर असीं वाई नूं करांगे वाई नाल, फिर जैड एज इट इज, फिर लास्ट में जैड नूं करांगे जैड दे नाल। सो फैक्टर की बन गया साडे कोल एक्स वाई जैड, यानी ऑल ऑफ दिस इज द राइट आंसर। नैक्सट है साढ़े को वट इज द कॉमन फैक्टर ऑफ ए क्यू बी क्यू एंड ए बी स्केयर, इन्हें सांझा गुणनखंड की है? देखो दोनों के बीच कॉमन जो की चीज आ रही है अपने को, एक तो ए आ रहा है एंड एक दो बारी अपने को बी आ रहा है। सो बी का स्केयर। सो राइट आंसर इज हो जाएगा अपने को ऑप्शन नंबर 2 ए बी स्केयर। नैक्सट अपने को फैक्टर ऑफ 6xy-4y+6-9x। इस क्वेश्चन के काफ़ी स्टूडेंट जी कन्फ्यूजन रही होगी, सो इसमें मैं तुम्हें सोल्व करके दिखाना किमें करना सी। इतने लिखना सी पहला 6xy, फिर की लिखना सी इतने पहला एक्स वाली वैल्यू -9x, फिर पिछे जाना सी असी -4y, फिर लास्ट में लिखना सी इतने +6। यानी इस की किता पहले सी वैल्यूज नू वेरीएबल के अकॉर्डिंग सैट कर लिया भी एक्स वाई फिर एक्स फिर वाई फिर विदाउट वेरीएबल, यानी लास्ट में कॉन्सटेंट।
हूँ असं इन्हों विचों कॉमन फैक्टर बनाने से इस दो डिवाइड करके सो ये आप फैक्टर बना लेंगे तो देखो की आऊगा टू मल्टीप्लाई थ्री मल्टीप्लाई एक्स मल्टीप्लाई वाई माइनस थ्री मल्टीप्लाई थ्री। सो दूजी साइड इसे की बन जाएगी अपने को असं कॉमन कर लें पहले की आऊगा अपने को देखो थ्री थ्री कॉमन आ गया इस लास्ट में एक्स भी लगाना है ये एक्स जरा इतने लगेगा नाल फिर अपने को आया एक्स कॉमन आ गया एंड असं ब्रैकेट स्टार्ट करनी है इस साइड की बचा अपने को टू एंड वाई इन ब्रैकेट च बंद कर दो दैन माइनस फिर दूजी साइड बचे अपने को थ्री। सो इसे असं फैक्टर बना लेंगे पहला माइनस टू मल्टीप्लाई वाई प्लस टू मल्टीप्लाई थ्री। सो कॉमन की है जी अपने को टू टू कॉमन हो गया अपने को अंदर की बच गया अपने को टू वाई हमने जो माइनस एंड प्लस में अभी करते हैं इतने बाहर माइनस कॉमन कट के बाहर लिख लेंगे इतने लगा देंगे अंदर माइनस थ्री क्योंकि ए ब्रैकेट जी अपने को एंड सैकेंड ब्रैकेट हमेशा सेम होनी चाहिए आ। सो इतने नेड़े मैं लिख के दिखा देना इतने माइनस टू टू वाई माइनस थ्री क्योंकि जब तुम इन मल्टीप्लाई करोगे देखो टू न टू ने किया फोर ए माइनस का सीगा नाल लग गया अपने को माइनस फोर वाई ए साढ़े को बनना चाहिए इस तरीके नाल फिर टू न थ्री नाल किया सिक्स माइनस माइनस प्लस जिहड़ा प्लस का साइन लग्या सी साढ़े को बनना चाहिए सी। सो जिहड़े कॉमन फैक्टर की आ गए अपने को देखो हूँ टू वाई माइनस थ्री जिहड़े ब्रैक एक ब्रैकेट च ने उन्हें एक बार लिख लेंगे जिहड़ी वैल्यूज अपने को बाहर रह गई थ्री एक्स एंड माइनस टू इन्हें तुम एक ब्रैकेट में बंद कर सकते हो। सो राइट आंसर अपने को है देखो ऑप्शन नंबर टू थ्री एक्स माइनस टू टू वाई माइनस थ्री। नैक्सट मानवी टाइप्स 200 वर्ड्स इन 30 मिनट हाउ मैनी वर्ड्स शी विल टाइप इन 12 मिनट। मानवी 200 शब्दों नूं 30 मिंटां च टाइप कर दिंदी आ 12 मिंटां च किन्ने शब्द टाइप करेगी पहला असं इस एक मिनट में कढ़ना हुंदा है एक मिनट में किवें कढ़दे आ 200 नूं 30 नाल डिवाइड कर दो अपने कोल की आ गया 20/3 फिर इसनूं मल्टीप्लाई कर दो 12 दे नाल 3 4 दा कटिंग होगी अपने को मल्टीप्लाई करके आंसर आ गया अपने को 80 ऑप्शन नंबर टू इज द राइट आंसर। नेक्स्ट इफ एक्स इज इक्वल टू 15 एंड वाई इज इक्वल टू 1/30 देन एक्स एंड वाई आर सो राइट आंसर इज इनवर्सली प्रोपोर्शनल उल्ट अनुपातिक। नेक्स्ट एक्सपोनेंशियल फॉर्म ऑफ 86500 राइट आंसर इज ऑप्शन नंबर 4। नेक्स्ट द मल्टीप्लिटिव इनवर्स ऑफ 1/3 द स्क्वायर 1/3 द स्क्वायर मींस की है कि 1 अपॉन हो गया अपने को 9 मल्टीप्लिकेशन वास्ते की हुंदा है ऊपर आ जाऊगा अपने को वैल्यू सो ऊपर आ गया हो गया अपने को 9 सो 9 दा आपा की देखना होवे ऑप्शन दे हिसाब नाल 9 किस दा स्क्वायर है 3 दा सो ऑप्शन नंबर 2 इज द राइट आंसर। नेक्स्ट अपने को व्हाट इज द वैल्यू ऑफ 100 डिग्री प्लस 20 डिग्री प्लस 5 डिग्री जदों भी इत्थे ऊपर 0 लग जांदा है तां आपा की बना सकदे हां 1+1+1+ करके आंसर आ गया अपने को 3 ऑप्शन नंबर 4 इज द राइट आंसर। नेक्स्ट सरफेस एरिया ऑफ क्यूब ऑफ एज ए इज आंसर इज ऑप्शन नंबर 2 6 ए स्क्वायर। नेक्स्ट व्हिच ऑफ द फॉलोइंग इज द परफेक्ट क्यूब पूर्ण घन केड़ा राइट आंसर इज ऑप्शन नंबर 1 125 क्योंकि 5 का जेड़ा क्यूब है वो अपने को आंसर होता है 125। नेक्स्ट फाइंड द वैल्यू ऑफ 4 क्यूब दे विच अपने को 1000 तो 1000 का क्यूब की होया अपने को 10 एंड बाहर लिखे अपने को 4 मल्टीप्लाई करके अपने को आंसर आ जाएगा 40 सो राइट आंसर इज ऑप्शन नंबर 2। नेक्स्ट व्हिच ऑफ द फॉलोइंग इज परफेक्ट स्क्वायर परफेक्ट स्क्वायर केरा राइट आंसर इज ऑप्शन नंबर 3 81 क्योंकि 81 किसका स्क्वायर है 9 का। नेक्स्ट व्हाट विल बी द नंबर ऑफ जीरोस ऑन स्क्वायरिंग 400 400 का वर्ग करन ते कुल किन्नियां जीरोस होणगियां कई जड़े ने 400 नूं देख के इत्थे टिक करे आणगे भी दो जीरो ने पर उन्हें पूछा की आ नंबर ऑफ जीरो स्क्वेयरिंग स्क्वेयरिंग मीनस की है 400 नूं असीं 400 नाल ही मल्टीप्लाई करना सो अपने कोल किन्ने डिजिट आणगे पिछे 2 एंड 2 4 सो राइट आंसर इज ऑप्शन नंबर 3। नेक्स्ट द साइज ऑफ द क्लास इंटरवल 30 टू 40 का इंटरवल क्लास की है इंटरवल क्लास किवें देखते हैं कि दोनों के डिजिट के डिफरेंस किन्ना है डिफरेंस है अपने को 10 का सो क्लास इंटरवल अपने को हो गया 10 ऑप्शन नंबर 1। नेक्स्ट है जी अपने को टू कंस्ट्रक्ट अ रैक्टेंगल वी नीड टू नो ओनली लेंथ एंड ब्रेथ। नेक्स्ट अपने को द टॉप व्यू ऑफ क्यूबॉइड लुक्स लाइक एज उपरी दिख तो घना वर्गा दिखाई देता है उपरी दिख तो जो घना किस वर्गा दिखाई देता है रैक्टेंगल आयत वर्गा। नेक्स्ट हाउ मैनी फेसिस डज अ स्फीयर हैव स्फीयर दे विच किन्ने फेस हुंदे आ ओनली वन। नेक्स्ट फाइंड द वॉल्यूम ऑफ क्यूबॉइड विद लेंथ ब्रेथ एंड हाइट एज 5x 3x स्क्वायर एंड 7x 4 रिस्पेक्टिवली सो क्यूबॉइड दा फार्मूला हुंदा l मल्टीप्लाई b मल्टीप्लाई h तिन्नां नूं असीं मल्टीप्लाई करना सीगा मल्टीप्लाई करके आंसर आ गया सीगा ऑप्शन नंबर 1 105x दी पावर 7। नेक्स्ट द प्रोडक्ट ऑफ 4x एंड 0 इज प्रोडक्ट मींस की अपने को
मल्टीप्लाई। सो 4x ਨੂੰ 0 ਨਾਲ ਮਲਟੀਪਲਾਈ ਕਰਾਂਗੇ, ਆਨਸਰ ਆਊਗਾ ਆਪਣੇ ਕੋਲ 0। ਨੈਕਸਟ ਆਪਣੇ ਕੋਲ ਦਾ ਰੇਸ਼ੋ 50 ਪੈਸੇ ਟੂ ਰੁਪੀਸ 1। 50 ਪੈਸੇ ਨੂੰ ਪਹਿਲਾਂ ਅਸੀਂ 1 ਰੁਪੀ ਨੂੰ ਅਸੀਂ ਪਹਿਲਾਂ ਅਸੀਂ ਪੈਸੇ ਵਿੱਚ ਕਨਵਰਟ ਕਰਨਾ ਹੈ। ਸੋ 1 ਰੁਪੀ ਦੇ ਵਿੱਚ ਕਿੰਨੇ ਪੈਸੇ ਹੁੰਦੇ ਆ? 100। ਸੋ 50/100 ਕਟਿੰਗ ਕਰਕੇ ਆਪਣੇ ਕੋਲ ਆਨਸਰ ਆ ਜਾਊਗਾ 1/2। ਸੋ ਰਾਈਟ ਆਨਸਰ ਇਜ਼ ਆਪਸ਼ਨ ਨੰਬਰ 1, 1:2। ਨੈਕਸਟ ਦਾ ਪਰਸੈਂਟੇਜ ਵੈਲਿਊ ਆਫ 1:4 ਇਜ਼ 1:4 ਦਾ ਪ੍ਰਤੀਸ਼ਤ ਮੁੱਲ ਕੀ ਹੈ? 1:4 ਇਹਨਾਂ ਚੋਂ ਕਿਹੜੀ ਵੈਲਿਊ ਦੇ ਨਾਲ ਸੋਲਵ ਕਰਕੇ ਆਊਗਾ? ਸੋ ਆਪਣੇ ਕੋਲ ਆਊਗਾ 25/100, ਯਾਨੀ ਪਰਸੈਂਟੇਜ ਲੱਗਿਆ ਤਾਂ ਆਪਾਂ ਨੀਚੇ 100 ਲਗਾ ਦਿੰਦੇ ਹਾਂ। ਕਟਿੰਗ ਕਰਕੇ ਆਪਣਾ ਆਨਸਰ ਆ ਜਾਊਗਾ 25/25, 25/4 100। ਸੋ ਆਪਸ਼ਨ ਨੰਬਰ 3 ਇਜ਼ ਦਾ ਰਾਈਟ ਆਨਸਰ। ਨੈਕਸਟ ਦਾ ਸਮ ਆਫ ਆਲ ਦਾ ਇੰਟੀਰੀਅਰ ਐਂਗਲ ਆਫ ਹੈਕਸਾਗਨ, 6 ਭੁਜ ਦੇ ਸਾਰੇ ਅੰਦਰੂਨੀ ਕੋਣਾਂ ਦਾ ਜੋੜ ਕੀ ਹੁੰਦਾ ਹੈ? ਆਪਸ਼ਨ ਨੰਬਰ 1 720 ਡਿਗਰੀ। ਨੈਕਸਟ ਈਚ ਆਫ ਦਾ ਐਂਗਲਸ ਆਫ ਅ ਸਕੁਅਰ ਇਜ਼, ਵਰਗ ਦਾ ਹਰੇਕ ਕੋਣ ਡੈਸ਼ ਹੁੰਦਾ ਹੈ। ਵਰਗ ਦਾ ਹਰੇਕ ਕੋਣ ਕਿੰਨੇ ਡਿਗਰੀ ਦਾ ਹੁੰਦਾ ਹੈ? 90 ਡਿਗਰੀ ਦਾ। ਸੋ 90 ਡਿਗਰੀ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਰਾਈਟ ਐਂਗਲ। ਨੈਕਸਟ ਇਫ ਐਕਸ ਇਜ਼ ਐਨ ਈਵਨ ਨੰਬਰ ਦੈਨ ਵਟ ਵਿਲ ਬੀ ਦਾ ਨੈਕਸਟ ਈਵਨ ਨੰਬਰ, ਕਹਿੰਦਾ ਜੇ ਐਕਸ ਇੱਕ ਜਿਸਤ ਅੰਕ ਹੈ ਤਾਂ ਇਸਦਾ ਅਗਲਾ ਜਿਸਤ ਅੰਕ ਕੀ ਹੋਵੇਗਾ? ਰਾਈਟ ਆਨਸਰ ਇਜ਼ x+2, ਆਪਸ਼ਨ ਨੰਬਰ 2। ਨੈਕਸਟ ਦਾ ਸੋਲੂਸ਼ਨ ਆਫ 2x-3 ਇਜ਼ ਇਕੁਅਲ ਟੂ 7, ਇਸਨੂੰ ਸੋਲਵ ਕਿਵੇਂ ਕਰਦੇ ਹਾਂ? 2x ਇਜ਼ ਇਕੁਅਲ ਟੂ 7, ਆ ਜਿਹੜਾ 3 ਮਾਈਨਸ ਦਾ ਉੱਧਰ ਜਾ ਕੇ ਕੀ ਹੋ ਗਿਆ ਆਪਣੇ ਕੋਲ? ਪਲੱਸ ਦਾ। ਸੋ 2x ਇਜ਼ ਇਕੁਅਲ ਟੂ 10, 2 ਨਾਲ 10 ਕਟਿੰਗ ਹੋ ਗਈ, ਆਪਣੇ ਕੋਲ ਕੀ ਆਇਆ ਆਨਸਰ? 5। ਸੋ ਰਾਈਟ ਆਨਸਰ ਇਜ਼ ਆਪਸ਼ਨ ਨੰਬਰ 1। ਨੈਕਸਟ ਵਟ ਵਿਲ ਬੀ ਦਾ ਕੋਸ਼ੀਐਂਟ ਔਨ ਡਿਵਾਈਡਿੰਗ 100 ਬਾਈ 0, 100 ਨੂੰ 0 ਨਾਲ ਭਾਗ ਕਰਨ ਤੇ ਭਾਗਫਲ ਕਿੰਨਾ ਹੋਵੇਗਾ? ਸੋ ਰਾਈਟ ਆਨਸਰ ਇਜ਼ ਆਪਸ਼ਨ ਨੰਬਰ 1, 0। ਨੈਕਸਟ ਵਟ ਇਜ਼ ਦਾ ਸਮ ਆਫ 2.3 ਐਂਡ 4.9, 2.3 ਪਲੱਸ 4.9 ਐਲਸੀਅਮ ਆ ਗਿਆ ਸਾਡੇ ਕੋਲ। ਸੋ 3 ਦੇ ਟੇਬਲ 9 ਕਿੱਥੇ ਹੁੰਦਾ ਹੈ? 3 ਤੇ 3 ਨੂੰ ਉੱਪਰ ਨਾਲ ਮਲਟੀਪਲਾਈ ਕੀਤਾ 6, ਪਲੱਸ 9 ਦੇ ਟੇਬਲ 9 ਕਿੱਥੇ ਆਇਆ ਆਪਣੇ ਕੋਲ? 1 ਤੇ 1 ਨੂੰ ਉੱਪਰ ਨਾਲ ਮਲਟੀਪਲਾਈ ਕੀਤਾ, 1/4 ਦਾ 4। ਸੋ ਰਾਈਟ ਆਨਸਰ ਇਜ਼ ਆਪਣੇ ਕੋਲ ਆਊਗਾ 10/9। ਸੋ ਆਪਸ਼ਨ ਨੰਬਰ 3 ਇਜ਼ ਦਾ ਰਾਈਟ ਆਨਸਰ। ਨੈਕਸਟ ਆਪਣੇ ਕੋਲ ਸਾਇੰਸ ਦੇ ਕੁਐਸਚਨ ਆਨਸਰ। ਫਸਟ ਆਪਣੇ ਕੋਲ ਆਊਟ ਆਫ ਦਾ ਫੋਲੋਇੰਗ ਵਿੱਚ ਇਜ਼ ਦਾ ਯੂਜ਼ ਆਫ ਮੈਗਨੈਟਿਕ ਇਫੈਕਟ ਆਫ ਕਰੰਟ, ਹੇਠ ਲਿਖਿਆਂ ਵਿੱਚੋਂ ਕਿਹੜਾ ਬਿਜਲੀ ਧਾਰਾ ਦੇ ਚੁੰਬਕੀ ਪ੍ਰਭਾਵ ਦਾ ਉਪਯੋਗ ਹੈ? ਸੋ ਰਾਈਟ ਆਨਸਰ ਇਜ਼ ਆਪਸ਼ਨ ਨੰਬਰ 3, ਇਲੈਕਟ੍ਰਿਕ ਬੈਲ, ਬਿਜਲੀ ਘੰਟੀ। ਨੈਕਸਟ ਦਾ ਇਮੇਜ ਫਾਰਮਡ ਬਾਈ ਅ ਪਲੇਨ ਮਿਰਰ ਇਜ਼ ਆਲਵੇਜ਼ ਸਮਤਲ ਦਰਪਣ ਦੁਆਰਾ ਬਣਾਇਆ ਪ੍ਰਤੀਬਿੰਬ ਹਮੇਸ਼ਾ ਕੀ ਹੁੰਦਾ ਹੈ? ਅਪਰਾਈਟ, ਸਿੱਧਾ। ਨੈਕਸਟ ਵਾਈ ਇਟ ਇਜ਼ ਡਿਫੀਕਲਟ ਟੂ ਵਾਕ ਔਨ ਰਾਈਜ਼, ਬਰਫ਼ ਉੱਤੇ ਤੁਰਨਾ ਮੁਸ਼ਕਿਲ ਕਿਉਂ ਹੁੰਦਾ ਹੈ? ਆਪਸ਼ਨ ਨੰਬਰ 2, ਫ੍ਰਿਕਸ਼ਨ ਇਜ਼ ਲੈਸ, ਕਿਉਂਕਿ ਰਗੜ ਬਲ ਜਿਹੜਾ ਉਹ ਘੱਟ ਹੁੰਦਾ। ਨੈਕਸਟ ਵਟ ਇਜ਼ ਦਾ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਫੋਰ ਅ ਨੋਰਮਲ ਆਈ, ਆਮ ਅੱਖ ਦੁਆਰਾ ਸਪਸ਼ਟ ਪੜਨ ਲਈ ਸਭ ਤੋਂ ਵੱਧ ਆਰਾਮ ਦੇ ਦੂਰੀ ਕਿੰਨੀ ਹੈ? ਆਪਸ਼ਨ ਨੰਬਰ 1, 25 ਸੈਂਟੀਮੀਟਰ। ਨੈਕਸਟ ਫੋਰਸ ਇਜ਼ ਅ ਪੁਸ਼ ਔਰ ਪੁਲ ਵਿਚ ਹੈਲਪਸ ਇਨ ਚੇਂਜਿੰਗ ਡੈਸ਼ ਆਫ ਐਨ ਓਬਜੈਕਟ, ਬਲ ਇੱਕ ਧੱਕਾ ਜਾਂ ਖਿੱਚ ਹੈ ਜੋ ਵਸਤੂ ਦੀ ਡੈਸ਼ ਬਦਲਣ ਵਿੱਚ ਸਹਾਇਕ ਹੈ? ਆਪਸ਼ਨ ਨੰਬਰ 4, ਆਲ ਆਫ ਦੀਸ। ਨੈਕਸਟ ਸਾਊਂਡ ਕੈਨ ਨੋ ਟਰੈਵਲ ਥਰੋ, ਧੁਨੀ ਕਿਸ ਵਿੱਚੋਂ ਸੰਚਾਰ ਨਹੀਂ ਕਰਦੀ? ਆਪਸ਼ਨ ਨੰਬਰ 1, ਵੈਕਿਊਮ, ਖਲਾ। ਨੈਕਸਟ ਡੈਫੀਸੈਂਸੀ ਆਫ ਆਇਓਡੀਨ ਇਨ ਡਾਇਟ ਕੈਨ ਕੋਜ਼, ਭੋਜਨ ਵਿੱਚ ਆਇਓਡੀਨ ਦੀ ਕਮੀ ਨਾਲ ਕੀ ਹੁੰਦਾ ਹੈ? ਆਪਸ਼ਨ ਨੰਬਰ 4, ਗੋਇਟਰ। ਨੈਕਸਟ ਦਾ ਪ੍ਰੋਸੈਸ ਆਫ ਪੇਸਚੁਰਾਈਜੇਸ਼ਨ ਇਜ਼ ਯੂਜ਼ਡ ਫੋਰ ਦਾ ਪ੍ਰਿਜ਼ਰਵੇਸ਼ਨ ਆਫ ਵਿਚ ਫੂਡ ਮਟੀਰੀਅਲ, ਪਾਸਚੀਕਰਨ ਵਿਧੀ ਰਾਹੀਂ ਕਿਸ ਖਾਦ ਪਦਾਰਥ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ? 74, ਆਪਸ਼ਨ ਨੰਬਰ 2, ਮਿਲਕ। ਨੈਕਸਟ ਇਨਕੰਪਲੀਟ ਕੰਬਿਊਸ਼ਨ ਆਫ ਵਿਚ ਫੋਇਲ ਇਨ ਅ ਕਲੋਜ਼ਡ ਰੂਮ ਮੇ ਰਿਜ਼ਲਟ ਇਨ ਟੂ ਡੈਥ ਆਫ ਅ ਪਰਸਨ, ਬੰਦ ਕਮਰੇ ਵਿੱਚ ਕਿਸ ਬਾਲਣ ਦਾ ਪੂਰਨ ਬਲਣ ਉੱਤੇ ਹੋਏ ਵਿਅਕਤੀ ਦੀ ਮੌਤ ਦਾ ਕਾਰਨ ਬਣ ਸਕਦਾ ਹੈ? ਆਪਸ਼ਨ ਨੰਬਰ 4, ਕੋਲ। ਨੈਕਸਟ ਵਿਚ ਇਜ ਨੋਨ ਐਜ ਬਲੈਕ ਗੋਲਡ ਡਿਊ ਟੂ ਇਜ ਕਮਰਸ਼ੀਅਲ ਇੰਪੋਰਟੈਂਸ, ਵਪਾਰਕ ਮਹੱਤਤਾ ਕਾਰਨ ਇਹਨਾਂ ਵਿੱਚੋਂ ਕਿਸ ਨੂੰ ਕਾਲੇ ਸੋਨੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ? ਰਾਈਟ ਆਨਸਰ ਇਜ਼ ਪੈਟਰੋਲੀਅਮ, ਕਿਉਂਕਿ ਪੈਟਰੋਲੀਅਮ ਜਦੋਂ ਕੱਢਿਆ ਜਾਂਦਾ ਹੈ ਤਾਂ ਇਸਦਾ ਰੰਗ ਜਿਹੜਾ ਹੈਗਾ ਉਹ ਕਾਲਾ ਹੁੰਦਾ ਹੈ। ਨੈਕਸਟ ਅਰਥਵਰਮ ਇਜ਼ ਯੂਜ਼ਡ ਫੋਰ ਪ੍ਰਪੇਅਰਿੰਗ, ਗੰਡੋਇਆ ਨੂੰ ਕਿਸ ਕਿਸਮ ਦੀ ਖਾਦ ਬਣਾਉਣ ਲਈ ਵਰਤਿਆ ਜਾਂਦਾ ਹੈ? ਆਪਸ਼ਨ ਨੰਬਰ 1, ਰੂੜੀ ਖਾਦ, ਮੈਨਿਊਰ। ਨੈਕਸਟ ਵਿਚ ਗੈਸ ਇਜ਼ ਰਿਸਪੋਂਸੀਬਲ ਫੋਰ ਗਲੋਬਲ ਵਾਰਮਿੰਗ, 78, ਆਪਸ਼ਨ ਨੰਬਰ 1, ਕਾਰਬਨ ਡਾਈਆਕਸਾਈਡ। ਨੈਕਸਟ ਕਲੋਨਿੰਗ ਇਜ਼ ਮੋਡ ਆਫ ਵਿਚ ਰੀਪ੍ਰੋਡਕਸ਼ਨ, 79 ਦਾ ਆਨਸਰ ਆਪਣੇ ਕੋਲ, ਕਲੋਨਿੰਗ ਕਿਸ ਤਰ੍ਹਾਂ ਦੀ ਜਨਨ ਪ੍ਰਣਾਲੀ ਹੈ? ਅਲਿੰਗੀ ਜਨਨ ਪ੍ਰਣਾਲੀ। ਆਪਸ਼ਨ ਨੰਬਰ 2, ਆ ਸੈਕਸੁਅਲ ਰੀਪ੍ਰੋਡਕਸ਼ਨ। ਨੈਕਸਟ ਲਾਊਡਨੈਸ ਆਫ ਸਾਊਂਡ ਡਿਪੈਂਡਸ ਅਪੋਨ, ਧੁਨੀ ਦਾ ਉੱਚਾਪਣ ਕਿਸ ਤੇ ਨਿਰਭਰ ਕਰਦਾ ਹੈ? 80 ਦਾ ਫਸਟ ਆਨਸਰ ਇਜ਼ ਫ੍ਰੀਕੁਐਂਸੀ, ਆਵਰਤੀ। ਨੈਕਸਟ ਆਪਣੇ ਕੋਲ ਦਾ ਫੋਰਸ ਐਕਸਰਟਡ ਬਾਏ ਚਾਰਜ ਬੋਡੀ ਔਨ ਅਨਦਰ ਚਾਰਜ ਔਰ ਅਨਚਾਰਜ ਬੋਡੀ ਇਜ਼ ਕਾਲਡ, ਇੱਕ ਚਾਰਜਿਤ ਵਸਤੂ ਦੁਆਰਾ ਦੂਜੀ ਚਾਰਜਿਤ ਵਸਤੂ ਉੱਤੇ ਲੱਗਿਆ ਬਲ
की ਕਵਾਉਂਦਾ ਹੈ? ਆਪਸ਼ਨ ਨੰਬਰ 2 ਇਲੈਕਟ੍ਰੋਸਟੈਟਿਕ ਫੋਰਸ, ਸਥਿਰ ਬਿਜਲੀ ਬਲ। ਨੈਕਸਟ, ਚਾਰਜ ਇਜ਼ ਪ੍ਰੋਡਿਊਸਡ ਔਨ ਅ ਬੋਡੀ ਡਿਊ ਟੂ ਦਾ ਟ੍ਰਾਂਸਫਰ ਆਫ, ਚਾਰਜ ਕਿਸ ਦੇ ਸਥਾਨਾਂਤਰਣ ਨਾਲ ਪੈਦਾ ਹੁੰਦਾ ਹੈ? 82 ਆਪਸ਼ਨ ਨੰਬਰ 4 ਇਲੈਕਟ੍ਰੋਨ। ਨੈਕਸਟ, ਵਿਚ ਟਾਈਪ ਆਫ ਫ੍ਰਿਕਸ਼ਨ ਇਜ਼ ਸਮਾਲੈਸਟ, ਕਿਹੜਾ ਰਗੜ ਬਲ ਸਭ ਤੋਂ ਘੱਟ ਹੁੰਦਾ ਹੈ? ਆਪਸ਼ਨ ਨੰਬਰ 2 ਰੋਲਿੰਗ ਫ੍ਰਿਕਸ਼ਨ, ਕਿਉਂਕਿ ਸਭ ਤੋਂ ਜਿਹੜਾ ਵੱਡਾ ਹੁੰਦਾ ਆਪਣੇ ਕੋਲੋਂ ਸਟੈਟਿਕ ਫ੍ਰਿਕਸ਼ਨ, ਫਿਰ ਦੂਜੇ ਨੰਬਰ ਤੇ ਸਲਾਈਡਿੰਗ, ਐਂਡ ਦੈਨ ਲਾਸਟ ਦੇ ਵਿੱਚ ਆਉਂਦਾ ਆਪਣੇ ਕੋਲ ਰੋਲਿੰਗ। ਨੈਕਸਟ, ਵਿਚ ਆਫ ਦ ਫੋਲੋਇੰਗ ਹਾਰਮੋਨਸ ਇਜ਼ ਸਿਕ੍ਰੇਟਡ ਬਾਏ ਪੈਨਕ੍ਰੀਸ, ਪੈਨਕ੍ਰੀਸ ਕਿਹੜੇ ਹਾਰਮੋਨ ਦਾ ਰਿਸਾਵ ਕਰਦਾ ਹੈ? ਆਪਸ਼ਨ ਨੰਬਰ 2 ਇਨਸੋਲਿਨ। ਨੈਕਸਟ, ਦ ਲੋਐਸਟ ਟੈਂਪਰੇਚਰ ਐਟ ਵਿਚ ਫਿਊਲ ਕੈਚਿਸ ਫਾਇਰ ਇਜ਼ ਕਾਲਡ ਇਟਸ, ਘੱਟੋ ਘੱਟ ਤਾਪਮਾਨ ਦੱਸੋ ਜਿਸ ਤੇ ਕੋਈ ਪਦਾਰਥ ਬਲਣ ਲੱਗਦਾ ਹੈ। ਆਪਸ਼ਨ ਨੰਬਰ 2 ਇਗਨੀਸ਼ਨ ਟੈਂਪਰੇਚਰ, ਪ੍ਰਜਲਣ ਤਾਪਮਾਨ। ਨੈਕਸਟ, ਖਤਰੇ ਦੀ ਕਗਾਰ ਉੱਤੇ ਪਹੁੰਚ ਚੁੱਕੀਆਂ ਪ੍ਰਜਾਤੀਆਂ ਦਾ ਰਿਕਾਰਡ ਕਿਸ ਕਿਤਾਬ ਵਿੱਚ ਰੱਖਿਆ ਜਾਂਦਾ ਹੈ? ਦ ਰਿਕਾਰਡ ਆਫ ਇੰਡੇਂਜਰਡ ਸਪੈਸ਼ੀਜ਼ ਇਜ਼ ਕੈਪਟ ਇਨ ਵਿਚ ਬੁੱਕ? ਰਾਈਟ ਆਂਸਰ ਇਜ਼ ਆਪਸ਼ਨ ਨੰਬਰ 4 ਰੈੱਡ ਡਾਟਾ ਬੁੱਕ। ਨੈਕਸਟ, ਵਿਚ ਆਫ ਦਾ ਫੋਲੋਇੰਗ ਡਿਸੀਜ਼ ਕੈਨ ਬੀ ਕਿਉਰਡ ਬਾਏ ਵੈਕਸੀਨੇਸ਼ਨ, ਹੇਠ ਲਿਖੀਆਂ ਬਿਮਾਰੀਆਂ ਵਿੱਚੋਂ ਕਿਹੜੀ ਬਿਮਾਰੀ ਟੀਕਾਕਰਨ ਨਾਲ ਠੀਕ ਹੋ ਸਕਦੀ ਹੈ? ਆਪਸ਼ਨ ਨੰਬਰ 4 ਪੋਲੀਓ। ਨੈਕਸਟ, ਕੋਟਨ ਸੀਡ ਕ੍ਰੋਪ ਇਜ਼ ਕਲਾਸੀਫਾਈਡ ਐਸ, ਕਪਾਹ ਦੀ ਫਸਲ ਨੂੰ ਫਸਲਾਂ ਦੇ ਡੈਸ਼ ਵਰਗ ਵਿੱਚ ਰੱਖਿਆ ਜਾਂਦਾ ਹੈ? ਆਪਸ਼ਨ ਨੰਬਰ 2 ਖਾਰੀਫ ਕ੍ਰੋਪ, ਖਰੀਫ ਦੀ ਫਸਲ। ਨੈਕਸਟ, ਵਿਚ ਆਫ ਦਾ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਯੂਨੀਸੈਲੂਲਰ ਆਰਗੈਨਿਜ਼ਮ, ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਸੈਲੀ ਜੀਵ ਦੀ ਉਦਾਹਰਣ ਹੈ? ਆਪਸ਼ਨ ਨੰਬਰ 2 ਪੈਰਾਮੀਸ਼ੀਅਮ। ਨੈਕਸਟ, ਹੂ ਵਾਕਡ ਔਨ ਦ ਮੂਨ ਫੋਰ ਦ ਫਸਟ ਟਾਈਮ, ਚੰਨ ਉੱਤੇ ਸਭ ਤੋਂ ਪਹਿਲਾਂ ਕਿਸਨੇ ਪੈਰ ਰੱਖਿਆ? ਆਪਸ਼ਨ ਨੰਬਰ 2 ਨੀਲ ਆਰਮਸਟਰੋਂਗ। ਨੈਕਸਟ, ਅਰਥਕੁਏਕ ਫ੍ਰੀਕੁਐਂਸੀ ਇਜ਼ ਮਈਅਰਡ ਬਾਏ ਵਿਚ ਇੰਸਟਰੂਮੈਂਟ, ਭੂਚਾਲ ਦੀ ਸ਼ਕਤੀ ਨੂੰ ਮਾਪਣ ਲਈ ਕਿਸ ਯੰਤਰ ਦਾ ਪ੍ਰਯੋਗ ਕੀਤਾ ਜਾਂਦਾ ਹੈ? ਆਪਸ਼ਨ ਨੰਬਰ 1 ਸਿਸਮੋਗ੍ਰਾਫ। ਨੈਕਸਟ, ਵਿਚ ਲਿਕੁਇਡ ਇਜ਼ ਨਾਟ ਅ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ, ਕਿਹੜਾ ਦਰਵ ਬਿਜਲੀ ਦਾ ਚੰਗਾ ਚਾਲਕ ਨਹੀਂ ਹੈ? ਆਪਸ਼ਨ ਨੰਬਰ 1 ਡਿਸਟਾਈਲਡ ਵਾਟਰ, ਸ਼ੁੱਧ ਪਾਣੀ। ਨੈਕਸਟ, ਵਟ ਵਿਲ ਬੀ ਦ ਸਪੀਡ ਆਫ ਓਬਜੈਕਟ ਐਟ ਰੈਸਟ, ਵਿਰਾਮ ਅਵਸਥਾ ਵਿੱਚ ਪਈ ਵਸਤੂ ਦੀ ਚਾਲ ਕੀ ਹੁੰਦੀ ਹੈ? ਆਪਸ਼ਨ ਨੰਬਰ 3 0। ਨੈਕਸਟ, ਵਟ ਇਜ਼ ਦ ਹੀਅਰਿੰਗ ਰੇਂਜ ਆਫ ਹਿਊਮਨ ਬੀਂਗ, ਮਨੁੱਖੀ ਸੁਣਨ ਯੋਗ ਰੇਂਜ ਕੀ ਹੈ? ਆਪਸ਼ਨ ਨੰਬਰ 1। ਨੈਕਸਟ, ਵਿਚ ਹਾਰਮੋਨ ਕੰਟਰੋਲ ਦ ਮੈਟਾਪੋਲਿਸਟ ਆਫ ਟੈਡਪੋਲ ਇਨ ਟੂ ਫਰੋਗ? ਆਪਸ਼ਨ ਨੰਬਰ 1 ਥਾਇਰੋਕਸਾਈਨ। ਨੈਕਸਟ, ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਕੰਪਿਊਜ਼ਿਟੇਬਲ ਸਬਸਟੈਂਸ, ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਜਲਨਸ਼ੀਲ ਨਹੀਂ ਹੈ? ਆਪਸ਼ਨ ਨੰਬਰ 3 ਗਲਾਸ। ਵਿਚ ਆਫ ਦ ਫੋਲੋਇੰਗ ਇਜ਼ ਨਾਟ ਪ੍ਰੈਜ਼ੈਂਟ ਇਨ ਐਨੀਮਲ ਸੈੱਲ, ਹੇਠ ਲਿਖਿਆਂ ਵਿੱਚੋਂ ਕਿਹੜਾ ਜੰਤੂ ਸੈੱਲ ਵਿੱਚ ਮੌਜੂਦ ਨਹੀਂ ਹੈ? ਆਪਸ਼ਨ ਨੰਬਰ 1 ਕਲੋਰੋਪਲਾਸਟ। ਨੈਕਸਟ, ਕੋਕ ਇਜ਼ ਆਲਮੋਸਟ ਪਿਊਰੈਸਟ ਫੋਰਮ ਆਫ ਵਿਚ ਮਟੀਰੀਅਲ, ਕੋਕ ਕਿਸ ਦਾ ਲਗਭਗ ਸ਼ੁੱਧ ਰੂਪ ਹੈ? 98 ਆਪਸ਼ਨ ਨੰਬਰ 3 ਕਾਰਬਨ ਦਾ। ਨੈਕਸਟ, ਨੇਮ ਆਫ ਦ ਫਾਈਬਰ ਵਿਚ ਹੈ ਸੇਮ ਕਰੈਕਟਰਿਸਟਿਕ ਐਸ ਦੈਟ ਆਫ ਸਿਲਕ, ਉਹ ਕਿਹੜਾ ਰੇਸ਼ਾ ਹੈ ਜਿਸ ਦੇ ਗੁਣ ਰੇਸ਼ਮ ਵਰਗੇ ਹੁੰਦੇ ਹਨ? ਆਪਸ਼ਨ ਨੰਬਰ 3 ਰਿਓਨ। ਲਾਸਟ ਕੁਐਸਚਨ ਇਜ਼, ਵਿਚ ਆਫ ਦ ਫੋਲੋਇੰਗ ਇਜ਼ ਕਾਮਨ ਕੈਰੀਅਰ ਆਫ ਡੇਂਗੂ, ਡੇਂਗੂ ਫੈਲਾਉਣ ਦਾ ਵਾਹਕ ਕਿਹੜਾ ਹੈ? ਆਪਸ਼ਨ ਨੰਬਰ 1 ਫੀਮੇਲ ਏਡਜ਼। ਸੋ ਇਹ ਸੀ ਸਾਡੇ ਮੈਰੀਟੋਰੀਅਸ ਦੇ 9th ਦੇ ਐਗਜ਼ਾਮ ਦੀ ਆਨਸਰ ਕੀਜ਼। ਆਪਣੇ ਇਹਨਾਂ ਨੰਬਰਾਂ ਨੂੰ ਕਾਊਂਟ ਕਰਕੇ ਤੁਸੀਂ ਮੈਨੂੰ ਕਮੈਂਟ ਰੂਪ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੇ ਨੰਬਰ ਜਿਹੜੇ ਨੇ ਕਿੰਨੇ ਬਣ ਰਹੇ ਨੇ। ਸੋ ਜੁੜੇ ਰਹੋ ਜੀ ਫਿਰ ਜੈਸ ਟਿਊਟਰ ਦੇ ਨਾਲ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮਚ।